ਪਾਓ ਭਾਜੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜੀ ਭਾਜੀ ਬਣਾ ਕੇ ਤਿਆਰ ਕਰਾਂਗੇ ਉਹਦੇ ਲਈ ਅਸੀਂ ਟਮਾਟਰਾਂ ਦੀ ਜਿਹੜੀ ਅਸੀਂ ਬਣਾ ਰਹੇ ਹਾਂ ਇਹਦੇ ਵਿੱਚ ਅਸੀਂ 4 ਮੀਡੀਅਮ ਸਾਈਜ਼ ਦੇ ਟਮਾਟਰ ਲਏ ਆ ਜਿਨ੍ਹਾਂ ਨੂੰ ਅਸੀਂ ਰਫਲੀ ਕੱਟ ਲਿਆ ਵਾ। ਚਿਕੰਦਰ ਜਿਹੜੇ ਬੀਟਰੂਟਸ ਲਈ ਆ ਇੱਕ ਟੁਕੜਾ ਲਿਆ ਜਿਸ ਨੂੰ ਅਸੀਂ ਛੋਟੇ ਛੋਟੇ ਪੀਸਿਸ ਕੱਟ ਲਿਆ ਵਾ ਅਸੀਂ ਉਹਦੇ ਇਹਦੇ ਵਿੱਚ ਪਾ ਦਾਂਗੇ। ਦੇਖੋ ਅਸੀਂ ਬੀਟਰੂਟ ਅਤੇ ਟਮਾਟਰ ਦਾ ਜਿਹੜਾ ਅਸੀਂ ਬਣਾ ਕੇ ਤਿਆਰ ਕਰ ਲਿਆ ਵਾ ਬਿਲਕੁਲ ਅਸੀਂ ਦਰਦਰਾ ਜਿਹਾ ਜਿਹੜਾ ਪੀਸ ਕੇ ਤਿਆਰ ਕੀਤਾ ਵਾ ਇਹਦੇ। ਦੇਖੋ ਤੜਕਾ ਲਗਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਪ੍ਰੈਸ਼ਰ ਕੁੱਕਰ ਲਿਆ ਵਾ ਇਹਦੇ ਵਿੱਚ ਅਸੀਂ ਇੱਕ ਵੱਡਾ ਚਮਚ ਜਿਹੜਾ ਅਸੀਂ ਦੇਸੀ ਘਿਓ 'ਚ ਪਾ ਰਹੇ ਹਾਂ ਅਤੇ ਨਾਲ ਹੀ ਅਸੀਂ ਬਟਰ ਪਾ ਰਹੇ ਹਾਂ। ਬਟਰ ਦੇ ਨਾਲ ਜਿਹੜਾ ਬਹੁਤ ਵਧੀਆ ਟੇਸਟ ਜਿਹੜਾ ਹੁੰਦਾ ਵਾ। ਇੱਕ ਚਮਚ ਜਿਹੜਾ ਸਾਬਤ ਜੀਰਾ ਪਾਵਾਂਗੇ, ਜੀਰੇ ਨੂੰ ਅਸੀਂ ਚੰਗੀ ਤਰ੍ਹਾਂ ਤੜਕ ਲੈਣਾ ਵਾ, ਭੁੰਨ ਲੈਣਾ ਵਾ। ਇਹਦੇ ਵਿੱਚ 3 ਮੀਡੀਅਮ ਸਾਈਜ਼ ਦੇ ਪਿਆਜ਼ ਲਏ ਜਿਸ ਨੂੰ ਅਸੀਂ ਬਰੀਕ ਚੌਪ ਕਰ ਲਿਆ ਵਾ ਅਸੀਂ ਉਹਦੇ ਵਿੱਚ ਐਡ ਕਰ ਲੈਣੇ ਆ। ਦੇਖੋ ਪਿਆਜ਼ ਜਿਹੜੇ ਹਲਕੇ ਟ੍ਰਾਂਸਪੇਰੈਂਟ ਹੋਣੇ ਸ਼ੁਰੂ ਹੋ ਗਏ ਆ ਅਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਅਦਰਕ ਲਸਣ ਅਤੇ ਹਰੀ ਮਿਰਚ ਨੂੰ ਜਿਹੜਾ ਫਰੈਸ਼ ਬਿਲਕੁਲ ਕੁੱਟ ਕੇ ਤਿਆਰ ਕਰ ਲਿਆ ਵਾ ਉਹ ਅਸੀਂ ਇਹਦੇ ਵਿੱਚ ਪਾ ਦੇਵਾਂਗੇ। ਇੱਕ ਚਮਚ ਜਿਹੜਾ ਵੱਡਾ ਮੈਂ ਇਹਦੇ 'ਚ ਅਦਰਕ ਲਸਣ ਅਤੇ ਹਰੀ ਮਿਰਚ ਦਾ ਪੇਸਟ ਜਿਹੜਾ ਪਾ ਰਹੀ ਹਾਂ। ਹੁਣ ਅਦਰਕ ਲਸਣ ਹਰੀ ਮਿਰਚ ਅਤੇ ਪਿਆਜ਼ ਚੰਗੀ ਤਰ੍ਹਾਂ ਭੁੱਜ ਚੁੱਕੇ ਆ ਅਤੇ ਹੁਣ ਅਸੀਂ ਜਿਹੜੇ ਟਮਾਟਰ ਅਤੇ ਬੀਟਰੂਟ ਦੀ ਜਿਹੜੀ ਪਿਊਰੀ ਬਣਾ ਕੇ ਤਿਆਰ ਕੀਤੀ ਸੀ ਅਸੀਂ ਉਹਦੇ ਵਿੱਚ ਐਡ ਕਰ ਦਾਂਗੇ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ। ਬਹੁਤ ਵਧੀਆ ਖੁਸ਼ਬੂ ਆ ਰਹੀ ਅਦਰਕ ਲਸਣ ਪਿਆਜ਼ ਅਤੇ ਹਰੀ ਮਿਰਚ ਦੇ ਭੁੱਜਦੇ ਹੋਏ ਦੀ ਅਤੇ ਹੁਣ ਨਮਕ ਪਾ ਕੇ ਇਸਨੂੰ ਅਸੀਂ 2 ਮਿੰਟ ਜਿਹੜਾ ਭੁੰਨ ਲਵਾਂਗੇ ਤਾਂ ਕਿ ਜਿਹੜੇ ਸਾਡੇ ਟਮਾਟਰ ਆ ਚੰਗੀ ਤਰ੍ਹਾਂ ਭੁੱਜ ਜਾਣ, ਟਮਾਟਰ ਚੰਗੀ ਤਰ੍ਹਾਂ ਪੱਕ ਜਾਣ। ਅਸੀਂ ਇਸਨੂੰ ਢੱਕ ਕੇ ਪਕਾ ਲਵਾਂਗੇ 2 ਮਿੰਟ। ਦੇਖੋ ਟਮਾਟਰ ਸਾਡੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਅਤੇ ਹੁਣ ਅਸੀਂ ਇਹਦੇ 'ਚ ਮਸਾਲੇ ਐਡ ਕਰਾਂਗੇ। ਹਾਫ ਚਮਚ ਜਿਹੜਾ ਅਸੀਂ ਹਲਦੀ ਪਾਊਡਰ ਐਡ ਕਰਾਂਗੇ 'ਚ, ਹਾਫ ਚਮਚ ਗਰਮ ਮਸਾਲਾ ਇਹ 'ਚ ਐਡ ਕਰ ਦੇਵਾਂਗੇ, ਇੱਕ ਚਮਚ ਜਿਹੜਾ ਅਸੀਂ ਕਸ਼ਮੀਰੀ ਲਾਲ ਮਿਰਚ ਦਾ ਇਹ 'ਚ ਐਡ ਕਰ ਦੇਵਾਂਗੇ, ਇੱਕ ਚਮਚ ਜਿਹੜਾ ਅਸੀਂ ਧਨੀਆ ਪਾਊਡਰ ਐਡ ਕਰਾਂਗੇ ਅਤੇ ਚਮਚ ਦਾ ਚੌਥਾ ਹਿੱਸਾ ਅਸੀਂ ਕਾਲੀ ਮਿਰਚ ਪਾਊਡਰ ਐਡ ਕਰਾਂਗੇ। ਅਤੇ ਹੁਣ ਅਸੀਂ ਪਾਓ ਭਾਜੀ ਬਣਾ ਰਹੇ ਹਾਂ ਅਤੇ ਹੁਣ ਅਸੀਂ 2 ਚਮਚ ਜਿਹੜੇ ਅਸੀਂ ਪਾਓ ਭਾਜੀ ਮਸਾਲਾ ਇਹ 'ਚ ਐਡ ਕਰ ਦੇਵਾਂਗੇ। ਹੁਣ ਸਾਰੇ ਮਸਾਲਿਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਹੁਣ ਥੋੜ੍ਹਾ ਜਿਹਾ ਅਸੀਂ ਪਾਣੀ ਐਡ ਕਰ ਦੇਵਾਂਗੇ। ਤਾਂ ਕਿ ਸਾਡੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਪੱਕ ਜਾਣ। ਦੇਖੋ ਤੜਕਾ ਸਾਡਾ ਭੁੱਜ ਚੁੱਕਾ ਵਾ, ਦੇਖੋ ਓਇਲ ਜਿਹੜਾ ਉੱਪਰ ਆ ਗਿਆ ਬਿਲਕੁਲ। ਅਤੇ ਹੁਣ ਅਸੀਂ ਇਹਦੇ 'ਚ ਕੁਝ ਸਬਜ਼ੀਆਂ ਐਡ ਕਰਾਂਗੇ। ਪਾਓ ਭਾਜੀ ਬਣਾਉਣ ਦੇ ਲਈ ਅਸੀਂ 1 ਮੀਡੀਅਮ ਸਾਈਜ਼ ਦਾ ਆਲੂ ਲਿਆ ਜਿਸ ਨੂੰ ਅਸੀਂ ਪੀਸਿਸ ਵਿੱਚ ਕੱਟ ਲਿਆ ਵਾ, ਅਸੀਂ ਉਹ ਇਹਦੇ 'ਚ ਐਡ ਕਰ ਦਾਂਗੇ। 1 ਗਾਜਰ ਲਈ ਹੈ ਉਹ ਅਸੀਂ ਬਰੀਕ ਕੱਟ ਲਈ ਹੈ, ਅਸੀਂ ਉਹ ਇਹਦੇ 'ਚ ਐਡ ਕਰ ਦਾਂਗੇ। ਅਤੇ 1 ਕੱਪ ਜਿਹੜਾ ਅਸੀਂ ਮਟਰ ਲੈ ਆ, ਮਟਰ ਬਿਲਕੁਲ ਫਰੈਸ਼ ਨੇ। 1 ਕੱਪ ਹੀ ਜਿਹੜੀ ਫੁੱਲ ਗੋਭੀ ਲਈ ਹੈ ਜਿਸ ਨੂੰ ਅਸੀਂ ਛੋਟੇ ਛੋਟੇ ਪੀਸਿਸ ਕੱਟ ਲਿਆ ਸੀ ਉਹ ਇਹਦੇ 'ਚ ਐਡ ਕਰ ਦੇਵਾਂਗੇ। ਅਤੇ 1 ਕੱਪ ਹੀ ਪੱਤਾ ਗੋਭੀ ਲਈ ਹੈ ਉਹ ਵੀ ਅਸੀਂ ਬਰੀਕ ਕੱਟ ਲਈ ਹੈ, ਉਹ ਵੀ ਅਸੀਂ ਇਹਦੇ 'ਚ ਐਡ ਕਰ ਦੇਵਾਂਗੇ। ਸਾਰੀਆਂ ਸਬਜ਼ੀਆਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਮਸਾਲੇ ਦੇ ਵਿੱਚ। ਅਤੇ ਹੁਣ ਅਸੀਂ ਇਹਦੇ 'ਚ ਪਾਣੀ ਐਡ ਕਰਾਂਗੇ।
2 ਕੱਪ ਮੈਂ ਇਹਦੇ ਵਿੱਚ ਪਾਣੀ ਦਾ ਐਡ ਕਰ ਰਹੀ ਹਾਂ। 5 ਤੋਂ 6 ਸੀਟੀਆਂ ਆਉਣ ਤੱਕ ਜਿਹੜਾ ਅਸੀਂ ਇਹਨਾਂ ਨੂੰ ਪਕਾ ਕੇ ਤਿਆਰ ਕਰਾਂਗੇ ਤਾਂ ਕਿ ਜਿਹੜੀਆਂ ਸਾਡੀਆਂ ਸਬਜ਼ੀਆਂ ਚੰਗੀ ਤਰ੍ਹਾਂ ਪੱਕ ਜਾਣ। ਅਤੇ ਹੁਣ ਅਸੀਂ ਲਿਡ ਲਗਾ ਕੇ ਅਤੇ 5 ਤੋਂ 6 ਸੀਟੀਆਂ ਆਉਣ ਤੱਕ ਇਹਨਾਂ ਨੂੰ ਅਸੀਂ ਪਕਾ ਲੈਣਾ। ਹੁਣ ਅਸੀਂ ਇੱਕ ਮੈਸ਼ਰ ਲਵਾਂਗੇ ਅਤੇ ਮੈਸ਼ਰ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਅਸੀਂ ਸਬਜ਼ੀਆਂ ਜਿਹੜਾ ਅਸੀਂ ਮੈਸ਼ ਕਰ ਲੈਣਾ ਵਾ। ਸਬਜ਼ੀਆਂ ਸਾਡੀਆਂ ਪੱਕ ਕੇ ਬਿਲਕੁਲ ਤਿਆਰ ਨੇ। ਤੁਸੀਂ ਕਿਸੇ ਵੀ ਮੈਸ਼ਰ ਨਾਲ ਜਾਂ ਮਧਾਣੀ ਦੇ ਨਾਲ ਤੁਸੀਂ ਇਸ ਨੂੰ ਜਿਹੜਾ ਸਬਜ਼ੀਆਂ ਨੂੰ ਮੈਸ਼ ਕਰ ਸਕਦੇ ਜੀ। ਦੇਖੋ ਸਾਡੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਭਾਜੀ। ਅਤੇ ਹੁਣ ਅਸੀਂ ਇਹਦੇ ਵਿੱਚ 1 ਫਰੈਸ਼ ਨਿੰਬੂ ਦਾ ਜੂਸ ਲਿਆ ਵਾ ਜਿਸ ਨੂੰ ਅਸੀਂ ਵਿੱਚ ਪਾ ਦੇਵਾਂਗੇ। ਬਹੁਤ ਹੀ ਟੇਸਟੀ ਪਾਓ ਭਾਜੀ ਬਣ ਕੇ ਤਿਆਰ ਹੁੰਦੀ, ਬਹੁਤ ਵਧੀਆ ਨਿੰਬੂ ਦਾ ਟੇਸਟ ਆਉਂਦਾ ਇਹਦੇ ਵਿੱਚ। ਦੇਖੋ ਸਾਡੀ ਕੰਸਿਸਟੈਂਸੀ ਬਿਲਕੁਲ ਸਾਡੀ ਬਣ ਕੇ ਪਰਫੈਕਟ ਤਿਆਰ ਆ। ਕੱਟਿਆ ਹਰਾ ਧਨੀਆ ਪਾ ਦੇਵਾਂਗੇ, ਬਹੁਤ ਵਧੀਆ ਟੇਸਟ ਹੁੰਦਾ ਵਾ। ਹੁਣ ਅਸੀਂ ਪਾਓ ਬਣਾਉਣ ਦੇ ਲਈ ਦੇਖੋ ਫਲੈਟ ਤਵਾ ਲਿਆ, ਜਿਸ ਤਰ੍ਹਾਂ ਮਾਰਕੀਟ ਵਿੱਚ ਤਵਾ ਲੈਂਦੇ ਫਲੈਟ, ਬਿਲਕੁਲ ਅਸੀਂ ਉਸੇ ਤਰ੍ਹਾਂ ਦਾ ਲਿਆ, ਮੇਰੇ ਕੋਲ ਹੈ ਸੀ ਅਤੇ ਮੈਂ ਲੈ ਰਹੀ ਹਾਂ। ਅਤੇ ਹੁਣ ਅਸੀਂ ਇਹਦੇ ਉੱਪਰ ਬਟਰ ਪਾ ਦੇਵਾਂਗੇ। ਬਟਰ ਨੂੰ ਅਸੀਂ ਚੰਗੀ ਤਰ੍ਹਾਂ ਮੈਲਟ ਕਰ ਲੈਣਾ। ਨਾਲ ਹੀ ਅਸੀਂ ਜਿਹੜੀ ਭਾਜੀ ਬਣਾਈ ਸੀ ਉਹ ਵੀ ਇੱਥੇ ਪਾ ਦਿੰਦੇ ਹਾਂ। ਨਾਲ ਹੀ ਹਰਾ ਧਨੀਆ ਪਾ ਦੇਵਾਂਗੇ। ਜਿਹੜੇ ਅਸੀਂ ਪਾਓ ਲਏ ਸੀ ਇਹਨਾਂ ਨੂੰ ਅਸੀਂ ਇਸ ਉੱਪਰ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਸਬਜ਼ੀ ਦੇ ਵਿੱਚ। ਤਾਂ ਕਿ ਜਿਹੜਾ ਟੇਸਟ ਹੈ ਭਾਜੀ ਦਾ ਉਹ ਵੀ ਇਹਦੇ ਵਿੱਚ ਆ ਜਾਵੇ, ਸਬਜ਼ੀਆਂ ਦਾ ਪੂਰਾ ਫਲੇਵਰ ਜਿਹੜਾ ਇਹਦੇ ਉੱਪਰ ਆ ਜਾਵੇ। ਅਤੇ ਥੋੜ੍ਹਾ ਜਿਹਾ ਅਸੀਂ ਪਾਓ ਭਾਜੀ ਮਸਾਲਾ ਜਿਹੜਾ ਇਹਦੇ ਉੱਪਰ ਅਤੇ ਦੇਖੋ ਸਾਡੇ ਪਾਵ ਜਿਹੜੇ ਬਣ ਕੇ ਗਰਮਾ ਗਰਮ ਬਿਲਕੁਲ ਤਿਆਰ ਨੇ ਅਤੇ ਇਹਨਾਂ ਨੂੰ ਅਸੀਂ ਸਰਵ ਕਰ ਲੈਂਦੇ ਹਾਂ। ਲਓ ਜੀ ਸਾਡੀ ਪਾਵ ਭਾਜੀ ਬਣ ਕੇ ਬਿਲਕੁਲ ਤਿਆਰ ਹੈ, ਬਿਲਕੁਲ ਮਾਰਕੀਟ ਸਟਾਈਲ ਵਾਂਗੂ ਅਸੀਂ ਬਣਾ ਕੇ, ਰੈਸਟੋਰੈਂਟ ਸਟਾਈਲ ਵਾਂਗੂ ਬਣਾ ਕੇ ਅਸੀਂ ਬਿਲਕੁਲ ਤਿਆਰ ਕੀਤੀ। ਜਿਸ ਤਰ੍ਹਾਂ ਕਿ ਮਾਰਕੀਟ ਦੇ ਵਿੱਚ ਠੇਲੇ ਵਾਲਿਆਂ ਕੋਲੋਂ, ਰੇਹੜੀ ਵਾਲਿਆਂ ਕੋਲ ਜਿਸ ਤਰ੍ਹਾਂ ਮਾਰਕੀਟ 'ਚ ਮਿਲਦੀ, ਅਸੀਂ ਉਸੇ ਤਰ੍ਹਾਂ ਬਿਲਕੁਲ ਬਣਾ ਕੇ ਪਾਵ ਭਾਜੀ ਤਿਆਰ ਕੀਤੀ ਹੈ। ਅਤੇ ਇਸ ਨੂੰ ਅਸੀਂ ਗਾਰਲਿਕ ਜਿਹੜਾ ਧਨੀਏ ਦੇ ਨਾਲ ਕਰ ਰਹੇ, ਨਾਲ ਅਸੀਂ ਬਟਰ ਵੀ ਪਾਇਆ ਵਾ ਅਤੇ ਪਾਓ ਨੂੰ ਵੀ ਅਸੀਂ ਫਰਾਈ ਕਰ ਲਿਆ ਵਾ ਅਤੇ ਨਾਲ ਅਸੀਂ ਪਿਆਜ਼, ਹਰੀ ਮਿਰਚ ਦਾ ਸੈਲਡ ਨਾਲ ਅਸੀਂ ਇਸਨੂੰ ਸਰਵ ਕਰ ਰਹੇ ਹਾਂ ਅਤੇ ਨਿੰਬੂ ਵੀ ਅਸੀਂ ਨਾਲ ਰੱਖਿਆ। ਨਿੰਬੂ ਦੇ ਨਾਲ ਬਹੁਤ ਟੇਸਟੀ ਜਿਹੜੀ ਪਾਓ ਭਾਜੀ ਬਣ ਕੇ ਤਿਆਰ ਹੋਈ ਹੈ ਅਤੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ। ਅਤੇ ਤੁਸੀਂ ਇਸਨੂੰ ਇੰਸਟੈਂਟ ਪਾਓ ਭਾਜੀ ਹੈ, ਤੁਸੀਂ ਜਦੋਂ ਵੀ ਦਿਲ ਕਰੇ ਤੁਸੀਂ ਬਣਾ ਕੇ ਇਸਨੂੰ ਫਟਾਫਟ ਜਿਹੜਾ ਤੁਸੀਂ ਖਾ ਸਕਦੇ ਜੀ। ਬਹੁਤ ਹੀ ਟੇਸਟੀ ਜਿਹੜੀ ਪਾਓ ਭਾਜੀ ਬਣ ਕੇ ਤਿਆਰ ਹੋਈ ਹੈ ਅਤੇ ਤੁਸੀਂ ਇਸ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਅਤੇ ਕਮੈਂਟ ਬੋਕਸ ਵਿੱਚ ਲਿਖ ਕੇ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦੀ ਸਾਡੀ ਲੱਗੀ ਰੈਸਪੀ। ਜੇਕਰ ਰੈਸਪੀ ਪਸੰਦ ਆਈ ਤਾਂ ਵੱਧ ਤੋਂ ਲਾਈਕ ਸ਼ੇਅਰ ਜ਼ਰੂਰ ਕਰਨਾ।
ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਨਾਲ ਲੱਗ ਕੇ ਬੈੱਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ। ਤਾਂ ਫਿਰ ਮਿਲਾਂਗੇ ਇਸ ਤਰ੍ਹਾਂ ਦੀ ਨਵੀਂ ਚੀਜ਼ ਡਿਲੀਸ਼ੀਅਸ ਦੀ ਰੈਸਪੀ ਦੇ ਨਾਲ। ਤਕਲੀਫ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।